ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ 679 680 ਪੰਨੇ ਤੇ ਦੇਖਿਏ ਗੁਰੂ ਸਾਹਿਬ ਕੀ ਫਰਮਾ ਰਹੇ ਹਾਂ ਤਨਸਰੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੇ ਵਿਚਾਰੇ ਹੋਏ ਸ਼ਬਦ ਨੇ ਜੀ ਕਰ ਅੱਠਵਾਂ 뮤직 ਦੇ ਵਿੱਚ 8th ਪਿਚ ਦੇ ਉੱਤੇ ਇਸ ਨੂੰ ਗਾਣਾ ਜੀ ਦੁੱਪ ਦੇ ਦੋ ਦੋ ਤੁਕਾਂ ਵਾਲੇ ਸ਼ਬਦ ਨੇ ਜੀ ਅਦਿਚ ਏਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹਨ ਸਕੈ ਜਲੇ ਰਹਾਉ ਜਿਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਗੁਰੂ ਦੇ ਬਚਨ ਜਿਹੜੇ ਨੇ ਗੁਰੂ ਦੀ ਬਾਣੀ ਜਿਹੜੀ ਹੈ ਗੁਰੂ ਦਾ ਕਿਹਾ ਹੋਇਆ ਜਿਹੜਾ ਉਹ ਵਸ ਜਾਂਦਾ ਹੈ ਉਹ ਹਮੇਸ਼ਾ ਹੀ ਉਹਦੇ ਨਾਲ ਚੱਲਦਾ ਹੈ ਕਿਉਂਕਿ ਨਾ ਤੇ ਉਹ ਜਲ ਦੇ ਵਿੱਚ ਉਹ ਨਾਮ ਸਿਮਰਨ ਜਿਹੜਾ ਹੈ ਨਾਮ ਜਿਹੜਾ ਉਹਦੇ ਮਨ ਵਿੱਚ ਵਸਿਆ ਹੋਇਆ ਹੈ ਡੁੱਬ ਸਕਦਾ ਹੈ ਨਾ ਉਹਨੂੰ ਚੋਰ ਚੋਰੀ ਕਰਕੇ ਲੈ ਜਾ ਸਕਦਾ ਹੈ ਨਾ ਹੀ ਉਹਨੂੰ ਜਿਹੜੀ ਅਗਨੀ ਹੈ ਉਹ ਉਹਨੂੰ ਸਾੜ ਸਕਦੀ ਹੈ ਸੋ ਗੁਰੂ ਦਾ ਬਚਨ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਉਹਨੂੰ ਬਿਠਾ ਲੈਂਦੇ ਹੋ ਵੈਨ ਯੂ ਅੰਡਰਸਟੈਂਡ ਦ ਗੁਰੂਜ਼ ਵਰਡ ਐਂਡ ਕੀਪ ਥੈਟ ਰਜਿਸਟਰਡ ਵਿਦਨ ਯੋਰ ਮਾਈਂਡ ਤੇ ਉਸ ਤੋਂ ਬਾਅਦ that becomes permanent with you oh hamesha tade naal rehnda hai oh kidre vi uh, ਤੁਹਾਡੇ ਕੋਲ ਖੁਸ਼ ਨਹੀਂ ਸਕਦਾ ਹੈ ਯੂ ਕੈਨ ਨਾਟ ਲੂਜ਼ ਇਟ ਐਵਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਹਸ ਸਾਹ ਸਮਾਲ ਲੈ ਤੁਸੀਂ ਹਰ ਟਾਈਮ ਦੇ ਉੱਤੇ ਉਹਦਾ ਨਾਮ ਸਿਮਰੋ ਉਹਦਾ ਨਾਮ ਨੂੰ ਯਾਦ ਕਰਿਆ ਕਰੋ ਉਹਨੂੰ ਹਰ ਸਾਹ ਦੇ ਵਿੱਚ ਆਪਣੇ ਉਸ ਨੂੰ ਯਾਦ ਕਰਿਆ ਕਰੋ ਹਰ ਸਕਿੰਟ ਵਾਸਤੇ ਵੀ ਨਹੀਂ ਉਹਨੂੰ ਭੁੱਲਣਾ ਤੁਸੀਂ ਹਮੇਸ਼ਾ ਯਾਦ ਕਰੋ ਤੇ ਉਹਦੇ ਨਾਲ ਤੁਸੀਂ ਆਪਣੇ ਮਨ ਦੇ ਵਿੱਚ ਸੁੱਖ ਪਾਵੋਗੇ ਇਹ ਲੋਕ ਪਰਲੋਕ ਸੰਗ ਸਹਾਈ ਜਤਕਤ ਮੋਹ ਰਖਵਾਲੇ ਇਹ ਜਿਹੜਾ ਨਾਮ ਸਿਮਰਨ ਹੈ ਉਹਦਾ ਉਹਦਾ ਇਸ ਲੋਕ ਵਿੱਚ ਔਰ ਅਗਲੀ ਦੁਨੀਆ ਦੇ ਵਿੱਚ ਜਿੱਥੇ ਤੁਸੀਂ ਜਾਓਗੇ ਤੁਹਾਡਾ ਇਸ ਹਮੇਸ਼ਾ ਆਸਰਾ ਰਹੇਗਾ ਔਰ ਉਹ ਹਮੇਸ਼ਾ ਤੁਹਾਡੀ ਰਾਖੀ ਕਰਦਾ ਰਹੇਗਾ ਇੱਥੇ ਵੀ ਉੱਥੇ ਵੀ ਹਰ ਥਾਂ ਤੇ ਤੁਹਾਡੀ ਰਾਖੀ ਕਰਦਾ ਰਹੇਗਾ ਨਿਰਦਨ ਕੋ ਤਨ ਅੰਦਲੇ ਕੋ ਟਿਕ ਮਾਤ ਦੁੱਧ ਜੈਸੇ ਬਾਲੇ ਜਿੱਦਾਂ ਮਾਤਾ ਆਪਣੇ ਬੱਚੇ ਨੂੰ ਦੁੱਧ ਦਿੰਦੀ ਹੈ ਔਰ ਉਹਦੀ ਜ਼ਿੰਦਗੀ ਉਹਦੇ ਆਸਰੇ ਦੇ ਵਿੱਚ ਹੀ ਚੱਲਦੀ ਹੈ ਐਂਜੇ ਹੀ ਹੈ ਜਿਹੜਾ ਨਾਮ ਸਿਮਰਨ ਹੈ ਐ ਇਕ ਗਰੀਬ ਵਾਸਤੇ ਜਿਹਦਾ ਤੰਨ ਦੀ ਉਹਨੂੰ ਲੋੜ ਹੁੰਦੀ ਹੈ ਉਹ ਜਿਹੜਾ ਤੰਨ ਹੈ ਉਹਦੇ ਵਾਸਤੇ ਅੰਦਰਲੇ ਵਾਸਤੇ ਜਿਹੜਾ ਅੰਨਾ ਵੇ ਜਿਹਨੂੰ ਸਮਝ ਕੋਈ ਨਹੀਂ ਹੈ ਉਹਦੇ ਵਾਸਤੇ ਉਹਦੀ ਇੱਕ ਰਸਤਾ ਦਿਖਾਉਣ ਵਾਲਾ ਇੱਕ ਸਿਸਟਮ ਹੈ ਜਿਹੜਾ ਤਾਂ ਉਹਨੂੰ ਰਸਤਾ ਹਮੇਸ਼ਾ ਮਨ ਦੇ ਵਿੱਚ ਦਿਖਾਈ ਜ਼ਿੰਦਾ ਹੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ हे नानक हे परमात्मा तू कृपा कर मेरे ऊपर ते मेनू एक इस संसार समुद्र ਵਿੱਚੋਂ ਕੱਢਣ ਵਾਸਤੇ ਇੱਕ ਜਹਾਜ਼ ਦਾ ਕੰਮ ਕਰਕੇ ਤੂੰ ਨਾਮ ਸਿਮਰਨ ਜਿਹੜਾ ਦੇ ਤਾਂ ਕਿ ਮੈਂ ਇਹਦੇ ਵਿੱਚੋਂ ਨਿਕਲ ਸਕਾਂ नेक्स्ट तनासरी মহলਲਾ ਪੰਜਵਾਂ ਸੰਤਨ ਕੋ आनंद सगल ही जाई ग्रह ਬਾਹਰ ठाकुर भगवन का ररहया सर्व ठाई रहआव जेडे संत जन ने जेडे ਹਮੇਸ਼ਾ ਉਸ ਦੀ ਨਾਮ ਸਿਮਰਦੇ ਰਹਿੰਦੇ ਹਨ ਉਹ ਹਮੇਸ਼ਾ ਹੀ ਆਪਣੇ ਅੰਦਰ ਆਨੰਦ ਹੀ ਹਰ ਕਿਸਮ ਦਾ ਉਹਨਾਂ ਦੇ ਸਮਾਇਆ ਰਹਿੰਦਾ ਹੈ ਉਹਨਾਂ ਦੇ ਕਰ ਦੇ ਅੰਦਰ ਵੀ शरीर रूपी हृदय ਦੇ ਅੰਦਰ ਵੀ ਬਾਹਰ ਵੀ ਹਰ ਥਾਂ ਦੇ ਉੱਤੇ ਉਹ ਭਗਤ ਜਿਹੜੇ ਨੇ ਉਸ ठाकुर ਨੂੰ ਹੀ ਹਰ ਥਾਂ ਤੇ ਰਮਿਆ ਹੋਇਆ ਦੇਖਦੇ ਹਨ ਕਿਉਂਕਿ ਉਹ ਹਰ ਥਾਂ ਦੇ ਉੱਤੇ ਹੈ ਪਏ ਕਿਰਪਾਲ ਦਇਆਲ ਗੋਵਿੰਦਾ ਅੰਮ੍ਰਿਤ ਹਿਰਦੇ ਸਿੰਚਾਈ ਜਿਹਦੇ ਉੱਤੇ ਉਹ ਗੋਵਿੰਦਾ ਉਹ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਦਇਆ ਕਰ ਦਿੰਦਾ ਹੈ ਉਦੇ ਹਿਰਦੇ ਦੇ ਵਿੱਚੋਂ ਅੰਮ੍ਰਿਤ ਵਰਗਾ ਜਿਹੜਾ ਰਸ ਹੈ ਹਮੇਸ਼ਾ ਸਿੰਚ ਜਾਂਦਾ ਹੈ ਉਹਦੀ ਅਸਲੀ ਜਿੱਦਾਂ ਅਸੀਂ ਪਾਣੀ ਧਰਤੀ ਸੁੱਕੀ ਧਰਤੀ ਨੂੰ ਦਿੰਨੇ ਆ ਤੇ ਸੁੱਕੀ ਧਰਤੀ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰਕੇ ਇੱਕਦਮ ਹਰੀ-ਭਰੀ ਅੱਗੇ ਉਹਨੂੰ ਨਵੀਆਂ ਚੀਜ਼ਾਂ ਪੁੰਗਰਨ ਵਾਸਤੇ ਲਾਈਫ ਉਹਦੇ ਚ ਆ ਜਾਂਦੀ ਐ ਇੰਜੇ ਹੀ ਉਸ ਦਾ ਹਿਰਦਾ ਜਿਹੜਾ ਵੇ ਹਮੇਸ਼ਾ ਲਈ ਹਰਿਆ ਭਰਿਆ ਰਹਿੰਦਾ ਹੈ ਨਵ ਦਿੱਤ ਰਿਧ ਸਿੱਧ ਹਰ ਲੋਗ ਰਹੀ ਜਨ ਪਾਈ ਇਹੋ ਜਿਹੜੇ ਜਨ ਨੇ ਇਹੋ ਜਿਹੜੇ ਭਗਤ ਨੇ ਵਾਹਿਗੁਰੂ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਹਰ ਟਾਈਮ ਦੇ ਉੱਤੇ ਧਰਤੀ ਦੇ ਸਾਰੇ ਦੇ ਸਾਰੇ ਨੌ ਖਜ਼ਾਨੇ ਰਿਧੀਆਂ ਸਿੱਧੀਆਂ ਦੇ ਸਾਰੇ ਤਰੀਕੇ ਉਦੇ ਚਰਨਾਂ ਦੇ ਉੱਤੇ ਹਮੇਸ਼ਾ ਹੀ ਲੱਗੇ ਹੁੰਦੇ ਹਨ ਜੁੜੇ ਹੁੰਦੇ ਹਨ ਉਹਦੇ ਹਰ ਟਾਈਮ ਦੇ ਉੱਤੇ ਉਹਨੂੰ ਅਵੇਲੇਬਲ ਹੁੰਦੇ ਹਨ ਤਾਂ ਕੋਈ ਨਾ ਪਹੁੰਚਨ ਹਾਰਾ ਜਾ ਕੇ ਸੰਗ ਗੁਸਾਈ ਇਸ ਧਰਤੀ ਦੀ ਦਾ ਜਿਹੜਾ ਮਾਲਕ ਹੈ ਤੇ ਵੀ ਅੰਗ ਸੰਗ ਹੋ ਜਾਂਦਾ ਹੈ ਉਹਦੇ ਬਰਾਬਰ ਦਾ ਕੋਈ ਵੀ ਉਹਦੇ ਕੋਲ ਨਹੀਂ ਆ ਸਕਦਾ ਹੈ ਜਮਕੀ ਤਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਧਿਆਈ ਜਿਹੜਾ ਵੀ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜਾ ਵੀ ਉਹਦਾ ਨਾਮ ਧਿਆਦਾ ਵੇ ਨਾਮ ਨੂੰ ਯਾਦ ਕਰਦਾ ਹੈ ਉਹਦਾ ਉਹਦਾ ਮੌਤ ਦਾ ਡਰ ਜਿਹੜਾ ਹੈ ਖਤਮ ਹੋ ਜਾਂਦਾ ਹੈ ਇਸ ਸਿਮਰਨ ਦੇ ਨਾਲ ਹੀ ਨਾਮ ਰਸ ਨੂੰ ਸਿਮਰਨ ਦੇ ਨਾਲ ਹੀ ਤੁਹਾਡਾ ਮੌਤ ਦਾ ਰਸ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਤਨਾ ਸ੍ਰੀ ਮਹਿਲਾ ਪੰਜਵਾਂ ਜੇ ਕੋ ਆਪਣੀ ਊਠ ਸਮਾਰੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਓ ਜਿਹੜਾ ਵੀ ਉਸ ਦੀ ਊਠ ਦੇ ਵਿੱਚ ਉਸ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹ ਕਦੀ ਵੀ ਆਪਣੀ ਉਹਦੀ ਹਾਰ ਨਹੀਂ ਹੁੰਦੀ ਹੈ ਕਿਉਂਕਿ ਉਸ ਨੂੰ ਆਪਣੀ ਰੀਚ ਔਰ ਆਪਣੀ ਸਟਰੈਂਥ ਦਾ ਸਭ ਕੁਝ ਪਤਾ ਲੱਗ ਜਾਂਦਾ ਹੈ ਤੇ ਉਹਦੇ ਵਿੱਚ ਹੀ ਸਾਰੇ ਕੰਮ ਜਿਹੜੇ ਹੈ ਉਹ ਕਰ ਲੈਂਦਾ ਹੈ ਦਰਪਵੰਤ ਦਰਪ ਦੇਖ ਗਰਭ ਹੈ ਭੂਮਵੰਤ ਅਭਿਮਾਨੀ ਜਿਹੜਾ ਪੈਸੇ ਦੇ ਮੂੰਹ ਵਿੱਚ ਪਿਆ ਹੁੰਦਾ ਹੈ ਉਹ ਹਰ ਟਾਈਮ ਦੇ ਉੱਤੇ ਆਪਣਾ ਪੈਸਾ ਦੇਖ-ਦੇਖ ਕੇ ਹੀ ਆਪਣਾ ਹੀ ਹੌਮੇ ਨੂੰ ਵਧਾਉਂਦਾ ਫਿਰਦਾ ਹੈ ਔਰ ਜਿਹੜਾ ਧਰਤੀ ਨੂੰ ਜ਼ਮੀਦਾਰ ਧਰਤੀ ਨੂੰ ਖਰੀਦ ਕੇ ਉਹ ਬੜਾ ਆਪਣੇ ਆਪ ਨੂੰ ਅਭਿਮਾਨੀ ਸਮਝਣ ਲੱਗ ਪੈਂਦਾ ਉਹ ਆਪਣੀਆਂ ਧਰਤੀਆਂ ਹੀ ਗਿਣ-ਕਿਣ ਕੇ ਅਹੰਕਾਰ ਦੇ ਵਿੱਚ ਡੁੱਬਿਆ ਰਹਿੰਦਾ ਹੈ ਰਾਜਾ ਜਾਨਾ ਸਗਲ ਰਾਜ ਹਮਰਾ ਕਿਉ ਹਰ ਜਨ ਤੇਖ ਸੁਆਮੀ ਜਿਹੜਾ ਰਾਜਾ ਹੈ ਉਹ ਕਹਿੰਦਾ ਸਾਰਾ ਰਾਜ ਹੀ ਮੇਰਾ ਹੈ ਸਭ ਕੁਝ ਮੇਰਾ ਹੈ ਤੇ ਸਭ ਕੁਝ ਮੇਰਾ ਹੀ ਚੱਲ ਰਿਹਾ ਹੋਰ ਕਿਸੇ ਦਾ ਹੈ ਹੀ ਨਹੀਂ ਹੈ ਪਰ ਜਿਹੜਾ ਹਰੀ ਨੂੰ ਸਿਮਰਨ ਵਾਲਾ ਜਨ ਹੈ ਉਹ ਹਮੇਸ਼ਾ ਦੇ ਹਮੇਸ਼ਾ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ ਉੱਤੇ ਗੱਲ ਹੋਈ ਹੈ ਇਹਨਾਂ ਨੂੰ ਛੱਡ ਕੇ ਸਿਰਫ਼ ਤੇ ਸਿਰਫ਼ ਉਸ ਵਾਹਿਗੁਰੂ ਦੇ ਆਸਰੇ ਵਿੱਚ ਟਿਕਿਆ ਰਹਿੰਦਾ ਹੈ ਔਰ ਉਹੀ ਆਸਰਾ ਜਿਹੜਾ ਹੈ ਸਭ ਤੋਂ ਵੱਡਾ ਆਸਰਾ ਹੈ ਆਮ ਤਿਆਗ ਪਏ ਇੱਕ ਆਸਰ ਸ਼ਰਨ ਸ਼ਰਨ ਕਰ ਆਏ ਜਿਹੜਾ ਵੀ ਸਭ ਕੁਝ ਬਾਕੀ ਚੀਜ਼ਾਂ ਪੁੱਲ ਕੇ ਸਭ ਕੁਝ ਬਾਕੀ ਚੀਜ਼ਾਂ ਛੱਡ ਕੇ ਉਸ ਇੱਕੋ ਵਾਹਿਗੁਰੂ ਦੇ ਆਸਰੇ ਦੇ ਵਿੱਚ ਔਰ ਉਹਦੀ ਸਰਣ ਦੇ ਵਿੱਚ ਹਰ ਟਾਈਮ ਦੇ ਉੱਤੇ ਆ ਜਾਂਦਾ ਹੈ ਸੰਤ ਅਨੁਗ੍ਰਹਿ ਪਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਉਹ ਹਰ ਟਾਈਮ ਦੇ ਉੱਤੇ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਔਰ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਨ ਜਿਹੜੇ ਨੇ ਬਿਲਕੁਲ ਨਿਰਮਲ ਹੋ ਜਾਂਦੇ ਹਨ ਔਰ ਉਹ ਹਮੇਸ਼ਾ ਹੀ ਨਾਮ ਰਸਤੇ ਵਿੱਚ ਖੁੱਬੇ ਰਹਿੰਦੇ ਹਨ ਤੇ ਨਾਸਰੀ ਮੁਹੱਲਾ ਪੰਜਵਾਂ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਨਿਧਾਵਨ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਿਹੜੇ ਵੀ ਆਪਣੇ ਹਿਰਦੇ ਨੂੰ ਦਿਲ ਹੀ ਪਿਆਰ ਦੇ ਵਿੱਚ ਵਾਹਿਗੁਰੂ ਦੇ ਗੀਤ ਗਾਉਂਦੇ ਰਹਿੰਦੇ ਹਨ ਸਰਣੀ ਪਾਵਨ ਨਾਮ ਧਿਆਵਨ ਉਹ ਸਾਰਾ ਦਿ ਟਾਈਮ ਦੇ ਉੱਤੇ ਉਹਦੀ ਸ਼ਰਣ ਵਿੱਚ ਬੈਠੇ ਹੋਏ ਨਾਮ ਨੂੰ ਉਹਦੇ ਨਾਮ ਨੂੰ ਧਿਆਉਂਦੇ ਰਹਿੰਦੇ ਹਨ ਸਹਿਜ ਸਮਾਵਨ ਸੰਗ ਉਹਨਾਂ ਦੇ ਅੰਦਰ ਸਹਿਜ ਹੀ ਉਹਨਾਂ ਦੀ ਆਤਮਕ ਉਡੋਲਤਾ ਦੇ ਹੁੰਦੇ ਹੋਏ ਹੀ ਉਹਨਾਂ ਦੇ ਅੰਦਰ ਵਾਹਿਗੁਰੂ ਸੰਗ ਉਹਨਾਂ ਦੇ ਹੋ ਜਾਂਦਾ ਹੈ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀयत ਹੈ ਸੂਰਾ ਜਿਹੜੇ ਇੰਜ ਉਹਦਾ ਸੰਗ ਵਾਹਿਗੁਰੂ ਦਾ ਸੰਗ ਪਾ ਲੈਂਦੇ ਹਨ ਉਹ ਅਸਲੀ ਸੂਰੇ ਹਨ ਔਰ ਉਹ ਹਰ ਟਾਈਮ ਦੇ ਉੱਤੇ ਉਸ ਦੇ ਰੰਗ ਵਿੱਚ ਲੱਗੇ ਰਹਿੰਦੇ ਹਨ ਔਰ ਹਰ ਜੁਗ ਦੇ ਵਿੱਚ ਉਹ ਉਸ ਦੇ ਰੰਗ ਵਿੱਚ ਬਸਤ ਰਹਿੰਦੇ ਆ ਆਤਮ ਜਿਣੈ ਸਗਲ ਵਸਤਾਂ ਕੈ ਜਾਕਾ ਸਤਗੁਰ ਪੂਰਾ ਜਿਹਨੂੰ ਸਤਗੁਰ ਪੂਰਾ ਜੜਾਵੇ ਉਹ ਮਿਲ ਪੈਂਦਾ ਹੈ ਔਰ ਉਹਦੀ ਗੱਲ ਤੇ ਚੱਲਣ ਲੱਗ ਪੈਂਦੇ ਹਨ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਆਪਣੀ ਆਤਮਾ ਨੂੰ ਜਿੱਤ ਲੈਂਦੇ ਹਨ ਉਹ ਆਪਣੇ ਮਨ ਨੂੰ ਜਿੱਤ ਲੈਂਦੇ ਹਨ ਔਰ ਸਾਰੀ ਕੁਝ ਉਹਨਾਂ ਦੀ ਆਪਣੇ ਵਸ ਵਿੱਚ ਆ ਜਾਂਦੀ ਹੈ ਤੋ ਆਪਣੇ ਆਪ ਨੂੰ ਉਸੇ ਹਿਸਾਬ ਦੇ ਨਾਲ ਚਲਾਣਾ ਚਾਲੂ ਕਰ ਦਿੰਦੇ ਹਨ ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਮੇਰੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਚਰਨ ਔਰ ਉਸ ਤੇ ਭਗਤਾਂ ਦੇ ਚਰਨ ਤੂੜ ਜਿਹੜੀ ਹੈ ਹਰ ਟਾਈਮ ਦੇ ਉੱਤੇ ਵਸਦੀ ਹੈ ਔਰ ਉਹਨਾਂ ਦੇ ਮੇਰੇ ਹਿਰਦੇ ਵਿੱਚ ਚਰਨ ਧੂੜ ਵਸਣ ਕਰਕੇ ਮੇਰਾ ਸਰੀਰ ਵੀ ਜਿਹੜਾ ਹੈ ਉਹ ਪਵਿੱਤਰ ਹੋ ਗਿਆ ਹੈ ਜਨ ਕੀ ਤੂੜ ਦੇਹ ਕਿਰਪਾ ਨਿ ਨਾਨਕ ਕੈ ਸੁਖ ਇਹੀ ਜਿਹੜੀ ਉਹਦੇ ਭਗਤਾਂ ਦੀ ਧੂੜ ਹੈ ਉਹਦੇ ਭਗਤਾਂ ਦੀ ਜਿਹੜੇ ਦੱਸੇ ਹੋਏ ਤਰੀਕੇ ਹਨ ਜਿਹੜੇ ਦੱਸੇ ਹੋਏ ਉਹਨਾਂ ਦੇ ਗੁਰ ਹਨ ਉਹ ਜੜੀ ਹੈ ਮਨ ਨੂੰ ਕਿਰਪਾ ਦੇ ਨਾਲ ਹਰ ਕਿਸਮ ਦਾ ਖਜ਼ਾਨਾ ਦੇ ਦਿੰਦੇ ਹਨ ਔਰ ਇਹੀ ਹੈ ਜੋ ਅਸਲੀ ਸੁਖ ਹੈ ਮਨ ਦਾ ਔਰ ਆਤਮਾ ਦਾ ਤਨਾਸਰੀ ਮਹਿਲਾ ਪੰਜਵਾਂ ਜਾਨਤ ਦੂਰ ਤੁਮਹਿ ਪ੍ਰਭ ਨੇਰ ਅਸੀਂ ਸਾਰੇ ਜਣੇ ਇਸ ਭੁਲੇਖੇ ਚ ਪਏ ਆ ਕਿ ਤੂੰ ਤੇ ਬੜੀ ਦੂਰ ਹੈ ਦੂਰ ਹੈ ਪਰ ਅਸਲੀਅਤ ਵਿੱਚ ਤੂੰ ਬੜਾ ਨੇੜੇ ਹੈ ਅਸੀਂ ਕਿਉਂਕਿ ਸਾਰੇ ਉਲਟੇ ਪੁਲਟੇ ਕੰਮ ਕਰਦੇ ਹੁੰਨੇ ਹਾਂ ਸੋ ਐਸੇ ਕਰਕੇ ਹੀ ਅਸੀਂ ਇਸ ਪੁਲੇ ਖੇਚ ਪਏ ਹਾਂ ਉਤ ਤੱਕ ਉਤ ਤੇ ਉਤਪੇਖੇ ਆਵੇ ਲੋਭੀ ਫੇਰ ਰਹਾਓ ਅਸੀਂ ਸਾਰੇ ਲੋਭੀ ਹਾਂ ਸੰਸਾਰੀ ਪ੍ਰੋਫਿਟਸ ਦੇ ਵਿੱਚ ਪਏ ਹੋਏ ਹਾਂ ਅਸੀਂ ਇੱਧਰ ਉੱਧਰ ਤੱਕ ਕੇ ਹਿਰਾ ਫੇਰੀਆਂ ਕਰ ਲੈਣੇ ਹਾਂ ਔਰ ਸੋਚਨੇ ਉਹਨੇ ਦੇਖਿਆ ਹੀ ਕੋਈ ਨਹੀਂ ਔਰ ਫਿਰ ਇੱਕ ਹੀਰਾ ਫੇਰੀ ਕਰਨ ਤੋਂ ਬਾਅਦ ਦੂਜੀ ਹੀਰਾ ਫੇਰੀ ਫਿਰ ਸਾਡੇ ਮਨ ਵਿੱਚ ਖੁਭੀ ਹੁੰਦੀ ਹੈ ਔਰ ਉਹਦੇ ਵਾਸਤੇ ਵੀ ਅਸੀਂ ਤਿਆਰ ਬੈਠੇ ਹੁੰਨੇ ਹਾਂ ਯਤਨ ਕਰੇ ਮਨੁੱਖ ਦੇਖ ਕਾਵੇ ਉਹ ਅੰਤਰਜਾਮੀ ਜਾਣੇ ਅਸੀਂ ਪੂਰੇ ਯਤਨ ਕਰਦੇ ਹਾਂ ਹਰ ਕਿਸਮ ਦੇ ਔਰ ਅਸੀਂ ਹਾਰਿਕ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨੇ ਆਂ ਅਸੀਂ ਸੋਚਦੇ ਆਂ ਅਸੀਂ ਵਾਇਗਰੂ ਨੂੰ ਵੀ ਧੋਖਾ ਦੇ ਦਿੱਤਾ ਸਾਡੇ ਅੰਦਰ ਬੈਠਾ ਹੈ ਸਾਡੀ ਅੰਦਰ ਦੀ ਸਭ ਕੁਝ ਜਾਣਦਾ ਹੈ ਔਰ ਉਹਨੂੰ ਸਭ ਕੁਝ ਪਤਾ ਹੈ ਕਿ ਅਸੀਂ ਕੀ ਕਰ ਰਹੇ ਆਂ ਪਾਪ ਕਰੇ ਕਰ ਮੁਕਰ ਪਾਵੇ ਪੀਖ ਕਰੇ ਨਿਰਬਾਨ ਹੈ ਮੈਂ ਅਸੀਂ ਸਾਰੇ ਜਣੇ ਕਈ ਕਿਸਮ ਦੇ ਪਾਪ ਕਰਦੇ ਰਹਨੇ ਆਂ ਔਰ ਫਿਰ ਮੁਕਰ ਵੀ ਜਾਣਨੇ ਆ ਕਿ ਅਸੀਂ ਇਹ ਕੀਤਾ ਹੀ ਕੋਈ ਨਹੀਂ ਔਰ ਅਸੀਂ ਇਹ ਸੋਚਦੇ ਹਾਂ ਕਿ ਸਿਰਫ ਅਸੀਂ ਆਪਣਾ ਪੁਸ਼ਾਕ ਜਿਹੜੀ ਹੈ ਉੱਪਰੋਂ ਅਸੀਂ ਆਪਣੇ ਆਪ ਨੂੰ ਵਧੀਆ ਦਿਖਾਉਣ ਵਾਲੇ ਬਣ ਜਾਈਏ ਤੇ ਇਹੋ ਹੀ ਸਭ ਕੁਝ ਹੈ ਜੋ ਸਭ ਕੁਝ ਝੂਠ ਹੈ ਅਸੀਂ ਸੱਚਾਈ ਨੂੰ ਸਮਝ ਨਹੀਂ ਪਾਰੇ ਕਿ ਸਾਡਾ ਅੰਦਰ ਸਾਡੇ ਸੱਚ ਵਸਿਆ ਹੋਣਾ ਚਾਹੀਦਾ ਜਬ ਲਗ ਟੁੱਟੇ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਜਦੋਂ ਤੱਕ ਸਾਡਾ ਇਹ ਪਰਮ ਕਿ ਅਸੀਂ ਉਪਰੋਂ ਹੀ ਆਪਣੇ ਆਪ ਨੂੰ ਸਵੱਛ ਕਰ ਲਈਏ ਤਾਂ ਅਸੀਂ ਬੜੇ ਵਧੀਆ ਹੋ ਗਏ ਜਦੋਂ ਤੱਕ ਸਾਡਾ ਨਹੀਂ ਖਤਮ ਹੋਏਗਾ ਇਹ ਪਰਮ ਨਹੀਂ ਖਤਮ ਹੋਏਗਾ ਤਾਂ ਤੱਕ ਅਸੀਂ ਆਪਣੇ ਪਾਪਾਂ ਤੋਂ ਮੁਕਤ ਨਹੀਂ ਹੋ ਸਕਦੇ ਹਾਂ ਕਹਿ ਨਾਨਕ ਦਿਆਲ ਸwami ਸੰਤ ਕਹਿ ਨਾਨਕ ਦਿਆਲ ਸwami ਸੰਤ ਪਗਤ ਜਨ ਸੁਈ ਕਹਿ ਨਾਨਕ ਕਹੁ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੁਈ ਨਾਨਕ ਕਹਿ ਰਹੇ ਨੇ हे ਸੁਆਮੀ ਮੇਰੇ ਉਤੇ ਦਇਆ ਕਰ ਔਰ ਮੈਨੂੰ ਉਹ ਸੰਤ ਉਹ ਗੁਰੂ ਉਹ ਭਗਤ ਮਿਲਾ ਦੇ ਜਿਹੜੇ ਹਰ ਟਾਈਮ ਦੇ ਉੱਤੇ ਤੇਰੇ ਨਾਲ ਹੀ ਰਹਿੰਦੇ ਹਨ ਤੇਰੀ ਹੀ ਗੁਣ ਗਾਦੇ ਅੱਜ ਲਈ ਇਹਨਾ ਜੀ ਪੁੱਲਾਂ ਚੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ why guru ji ki fateh